ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਆ ਜੀ ਹੋਲ ਵਰਲਡ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਅੱਜ ਗੱਲਬਾਤ ਆਪਾਂ ਜਿੰਨੀਆਂ ਵੀ ਅਪਡੇਟਸ ਨੇ ਉਹਨਾਂ ਬਾਰੇ ਕਰਾਂਗੇ, ਜਿੱਦਾਂ ਕਿ ਆਪਾਂ ਡੇ ਬਾਏ ਡੇ ਤੁਹਾਨੂੰ ਜਿਹੜੀਆਂ ਲੇਟੈਸਟ ਜਿਹੜੀਆਂ ਅਪਡੇਟਸ ਜਾਂ ਨਿਊਜ਼ ਜਿਹੜੀਆਂ ਆ ਰਹੀਆਂ ਉਹ ਤੁਹਾਨੂੰ ਦੱਸ ਰਹੇ ਹਾਂ ਆਪਾਂ। ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਜੇਕਰ ਦੇਖਿਆ ਜਾਵੇ ਤਾਂ ਹੁਣ ਜਿਹੜੀ ਵਰਲਡ ਲੈਵਲ 'ਤੇ ਜੇਕਰ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਜਿਹੜੀ ਖੜ੍ਹੀ ਹੋਈ ਆ, ਇਹਦੇ ਜਿਹੜੇ ਟੋਟਲ ਕੇਸ ਆ ਜੀ 1.5 ਮਿਲੀਅਨ ਕਰੋਸ ਕਰ ਚੁੱਕੇ ਆ। 15,18,773 ਵਰਲਡ ਮੈਟਰ ਦਾ ਡਾਟਾ ਜੀ ਇਹ, ਠੀਕ ਹੈ। ਡੈਥ ਜਿਹੜੀਆਂ ਹੈਗੀਆਂ ਨੇ ਕਹਿੰਦੇ 88,505 ਆ, ਰਿਕਵਰ 3,30,599 ਜਿਹੜੀਆਂ ਪੂਰੇ ਸੰਸਾਰ 'ਤੇ ਜਿਹੜੇ ਇੰਨੇ ਬੰਦੇ ਆ ਰਿਕਵਰ ਜਿਹੜੇ ਹੋ ਚੁੱਕੇ ਆ। ਡੇ ਬਾਈ ਡੇ ਜਿਹੜਾ ਡਾਟਾ ਯਾਰ ਇਹ ਵੱਧ ਰਿਹਾ ਵਾ, ਅਤੇ ਕਿਤੇ ਨਾ ਕਿਤੇ ਇਹ ਜਿੱਦਾਂ ਇੱਕ ਇਹ ਨਿਊਜ਼ ਆ ਰਹੀ ਹੈ ਕਹਿੰਦੇ ਵੀ ਜਿਹੜੀ ਵੁਹਾਨ ਸਿਟੀ ਆ ਜਿਹੜੀ ਚਾਈਨਾ ਦੀ ਉਹ ਓਪਨ ਹੋ ਚੁੱਕਿਆ। ਵੁਹਾਨ ਪੂਰਾ ਚਾਈਨਾ ਵਾਲਿਆਂ ਨੇ ਤਾਂ ਆਪਣਾ ਵੁਹਾਨ ਖੋਲ੍ਹ ਲਿਆ ਅਤੇ ਬਾਕੀ ਸਾਰਾ ਵਰਲਡ ਬੰਦ ਕਰ ਰਿਹਾ ਦਿਨੋਂ ਦਿਨ। ਅਤੇ ਚਲੋ ਅੱਗੇ ਗੱਲਬਾਤ ਕਰਦਾ, ਅਤੇ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਆ ਯਾਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਜੇਕਰ ਕੋਈ ਨਵਾਂ ਵੀਰ ਭਰਾ ਦੇਖਦਾ, ਅਤੇ ਨਾਲ ਵੀਡੀਓ ਲਾਈਕ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਿਆ ਕਰੋ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਹੈ ਨਾ। ਜਿੰਨੀ ਕਿ ਆਪਾਂ ਨੂੰ ਨੌਲੇਜ ਆ ਉਨਾ ਆਪਾਂ ਤੁਹਾਨੂੰ ਆਨਸਰ ਜ਼ਰੂਰ ਕਰਾਂਗੇ। ਪਹਿਲੀ ਗੱਲਬਾਤ ਆ ਜੀ ਜੇਕਰ ਯੂਨਾਈਟਿਡ ਸਟੇਟ ਦੀ ਗੱਲ ਕਰਾਂ ਤਾਂ ਅੱਜ ਦਾ ਡਾਟਾ ਇੱਥੇ 435,128 ਕੇਸ ਆ, ਜਿਹੜੀਆਂ ਡੈਥਸ ਨੇ ਉਹ 14,795 ਆ। ਕਾਫ਼ੀ ਇਹ ਵੀ ਜਿਹੜੀਆਂ ਵਧੀਆਂ ਨੇ, ਤਕਰੀਬਨ 1,802,000 ਦੇ ਨੇੜੇ ਇੱਕ ਦਿਨ ਦੇ ਵਿੱਚ ਜਿਹੜੀ ਡੈਥ ਜਿਹੜੀ ਹੋਈ ਆ, ਠੀਕ ਹੈ। ਉਹ ਤੋਂ ਬਾਅਦ ਜੇਕਰ ਆਪਾਂ ਇੱਥੇ ਰਿਕਵਰ ਦੀ ਗੱਲ ਕਰੀਏ 22,891 ਰਿਕਵਰ ਵੀ ਕਾਫ਼ੀ ਫਾਸਟ ਵੱਧ ਰਿਹਾ, ਕਿਤੇ ਨਾ ਕਿਤੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਪੋਜ਼ਿਟਿਵ ਲਓ, ਠੀਕ ਹੈ। ਜਿਹੜੀਆਂ ਜ਼ਿਆਦਾਤਰ ਨਿਊਜ਼ ਆ ਰਹੀਆਂ ਜੇ ਇੱਦਾਂ ਹੋ ਗਿਆ ਇੱਦਾਂ, ਉਹਨਾਂ ਨੂੰ ਥੋੜ੍ਹਾ ਜਿਹਾ ਉਹ ਕਰੋ, ਤੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਹੋਰ ਸਾਈਡ ਬਿਜ਼ੀ ਰੱਖੋ, ਹੋਰ ਚੀਜ਼ਾਂ ਘਰਾਂ ਦੇ ਵਿੱਚ ਬਹੁਤ ਸਾਰੀਆਂ। ਅਤੇ ਸਭ ਤੋਂ ਪਹਿਲੀ ਚੀਜ਼ ਯਾਰ ਗੌਰਮੈਂਟ ਦੇ ਜਿਹੜੇ ਲਾਅ ਬਣਾਏ ਜਾ ਰਹੇ ਨੇ ਇਹਨਾਂ ਨੂੰ ਪਲੀਜ਼ ਰਿਕੁਐਸਟ ਆ ਮੇਰੀ ਸਾਰੇ ਫੋਲੋ ਜ਼ਰੂਰ ਕਰੋ, ਸੋਸ਼ਲ ਡਿਸਟੈਂਸਿੰਗ ਜਾਂ ਘਰਾਂ ਦੇ ਵਿੱਚ ਰਹੋ ਜਾਂ ਮਾਸਕ ਵਗੈਰਾ ਜਾਂ ਗਲਵਸ ਵਗੈਰਾ ਜੋ ਵੀ ਇਹਨਾਂ ਨੇ ਜਿੰਨੀਆਂ ਵੀ ਜਾਂ CDC ਦੀਆਂ ਜਿੰਨੀਆਂ ਵੀ ਆ ਰਹੀਆਂ ਨੇ ਜਾਂ ਹੋਰ ਵੀ ਜਿੰਨੀਆਂ ਕੰਟਰੀਆਂ ਦੇਖਦੇ, ਪਲੀਜ਼ ਰਿਕੁਐਸਟ ਆ ਵੀ ਤੁਸੀਂ ਇਹਨਾਂ ਨੂੰ ਫੋਲੋ ਜ਼ਰੂਰ ਜਿਹੜਾ ਕਰੋ। ਅਤੇ ਹੁਣ ਇੱਥੇ ਜੇਕਰ ਆਪਾਂ ਗੱਲ ਕਰੀਏ ਜੀ ਅੱਜ ਡੇ ਬਾਈ ਡੇ ਸਾਰੀਆਂ ਜਿਹੜੀਆਂ ਡਾਟਾ ਜਿਹੜਾ ਵੱਧਦਾ ਜਾ ਰਿਹਾ, ਅਤੇ ਕੁਝ ਵੀਰ ਕਮੈਂਟ ਕਰਦੇ ਆ ਵੀ ਜਿਹੜਾ ਤੁਸੀਂ ਬਾਹਰ ਲਿਖਿਆ ਉਹ ਵਿੱਚ ਚੀਜ਼ ਉਹ ਨਹੀਂ ਮਿਲੀ, ਵੀਡੀਓ ਸਾਰੀ ਦੇਖਿਆ ਕਰੋ ਵੀਰੇ ਤਾਂ ਕਮੈਂਟ ਕਰਿਆ ਕਰੋ, ਫਿਰ ਪਤਾ ਲੱਗਦਾ ਵਿੱਚ ਸਾਰਾ ਕੁਝ ਦੱਸਿਆ ਹੁੰਦਾ। ਆਪਾਂ ਇੱਦਾਂ ਨਹੀਂ ਐਡ ਕਰਦੇ ਹੈਗੇ, ਜਿਹੜੀ ਚੀਜ਼ ਲਿਖੀ ਹੋਊਗੀ ਉਹ ਤੁਹਾਨੂੰ ਵਿੱਚ ਮਿਲੂਗੀ ਵੀਡੀਓ ਦੇ ਵਿੱਚ, ਠੀਕ ਹੈ। ਤਾਂ ਤੁਸੀਂ ਜਿਹੜਾ ਮਤਲਬ ਵੀਡੀਓ ਸਾਰੀ ਜ਼ਰੂਰ ਦੇਖਿਆ ਕਰੋ ਹੁਣ। ਅਤੇ ਅੱਗੇ ਗੱਲ ਕਰਦਾ ਜੀ ਨਿਊਯਾਰਕ ਦਾ ਡਾਟਾ, ਮੇਨ ਸਿਟੀਆਂ ਦੀ ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿਹੜੇ ਆਪਾਂ ਨੂੰ ਜ਼ਿਆਦਾਤਰ ਕਮੈਂਟਸ ਜਿਹੜੇ ਆਉਂਦੇ ਨੇ ਉਹ ਤੁਹਾਨੂੰ ਮੈਂ ਜਿਹੜੇ ਅੱਜ ਜਿਹੜੇ ਦੱਸ ਦਿੰਦਾ। ਨਿਊਯਾਰਕ ਦਾ ਜੇਕਰ ਗੱਲ ਕਰਾਂ 151,171 ਆ ਜੀ, 1,50,000 ਨੂੰ ਕਰੋਸ ਕਰ ਗਿਆ, 6,268 ਜਿਹੜੀਆਂ ਡੈਥਸ ਆ ਨਿਊਯਾਰਕ। ਅਤੇ ਨਿਊਯਾਰਕ ਦਾ ਮੇਨ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਨਿਊਯਾਰਕ ਜਦੋਂ ਦਾ ਸਟਾਰਟ ਹੋਇਆ ਸਭ ਤੋਂ ਜ਼ਿਆਦਾ ਹਾਈਲਾਈਟ 'ਤੇ ਚੱਲ ਰਹੇ ਆ, ਨਿਊਯਾਰਕ ਦੇ ਵਿੱਚ ਕਾਫ਼ੀ ਜ਼ਿਆਦਾ ਜਿਹੜੇ ਕੇਸ ਆ ਜਿਹੜੇ ਲਗਾਤਾਰ ਜਿਹੜੇ ਵੱਧ ਰਹੇ ਨੇ। ਹੁਣ ਨਿਊਯਾਰਸੀ 47,000 ਆ ਜੀ, 437,1504 ਇੱਥੇ ਡੈਥ ਆ। ਜਿਹੜੇ ਕਮੈਂਟ ਆਉਂਦੇ ਆ ਮੈਂ ਉਹਨਾਂ ਨੂੰ ਦੱਸ ਦੂੰ, ਜੇ ਤੁਸੀਂ ਕਿਸੇ ਹੋਰ ਸਿਟੀ ਤੋਂ ਦੇਖਦੇ ਹਾਂ ਕਮੈਂਟਾਂ 'ਚ ਪੁੱਛ ਸਕਦੇ ਦੱਸ ਸਕਦੇ ਹੋ। ਮਿਸ਼ੀਗਨ 20,346 ਆ, 969 ਜਿਹੜੀਆਂ ਡੈਥ ਆ। ਕੈਲੀਫੋਰਨੀਆ ਕੇਸ ਕਾਫ਼ੀ ਵਧਿਆ ਜੀ, ਇੱਥੇ ਵੀ 19,031 ਕੇਸ ਹੋ ਚੁੱਕੇ ਨੇ ਅਤੇ 505 ਜਿਹੜੀਆਂ ਹੋਰ ਕਿਹੜੇ ਗਏ। ਫਲੋਰੀਡਾ ਤੋਂ ਕਮੈਂਟ ਆਉਂਦਾ ਜੀ 15,698 ਆ, ਇਲੀਨੋਇਸ 15,078 ਆ, ਜਾਰਜੀਆ 10,204 ਆ, ਟੈਕਸਿਸ ਤੋਂ ਵੀ ਆਇਆ ਸੀਗਾ 10,065 ਆ, 10,065 ਆ, 195 ਡੈਥਸ ਆ। ਵਾਸ਼ਿੰਗਟਨ ਤੋਂ 9,342 ਆ, 431 ਜਿਹੜੀਆਂ ਡੈਥ ਆ। ਇੱਕ ਕਨੈਕਟੀਕਟ ਤੋਂ ਵੀ ਜਿਹੜਾ ਕਮੈਂਟ ਆਇਆ ਸੀ 8,781 ਆ, 335 ਡੈਥ ਆ। ਉਦੋਂ ਬਾਅਦ ਕਲੋਰਾਡੋ ਤੋਂ ਵੀ ਆਇਆ ਸੀਗਾ ਜੀ ਇੱਥੇ 5,655 ਹੈ। ਉਹ ਤੋਂ ਬਾਅਦ ਮੈਰੀਲੈਂਡ 5,529 ਹੈ ਜੀ, ਉਹੀ ਉਹਦੇ ਵਿੱਚ 5,548 ਆ। ਵਰਜੀਨੀਆ 3,645 ਆ, ਅਤੇ ਨੌਰਥ ਕਲੋਨੀਆ ਦੇ ਵਿੱਚ 3,562 ਡੈਥ ਆ। ਹੁਣ ਐਰੀਜ਼ੋਨਾ 2,726 ਆ ਜੀ, 80 ਜਿਹੜੀਆਂ ਡੈਥਸ ਨੇ ਇੱਥੇ। ਅਤੇ ਬਾਕੀ ਜੇਕਰ ਹੋਰ ਕਿਸੇ ਜਿਹੜੇ ਕਮੈਂਟ ਆਏ ਸੀ ਉਹਨਾਂ ਦੇ ਵਿੱਚੋਂ
ਜ਼ਿਆਦਾਤਰ ਇਹੀ ਕਮੈਂਟ ਜਿਹੜੇ ਆਪਾਂ ਨੇ ਦੇਖੇ ਨੇ, ਅਤੇ ਜੇਕਰ ਹੋਰ ਕੋਈ ਸਿਟੀ ਤੋਂ ਤੁਸੀਂ ਦੇਖਦੇ ਤਾਂ ਤੁਸੀਂ ਕਮੈਂਟ ਜਿਹੜਾ ਜਾਂ ਸਟੇਟ ਤੋਂ ਕਰ ਸਕਦੇ ਹੋ। ਅਤੇ ਅੱਗੇ ਗੱਲ ਕਰਦੇ ਹਾਂ ਜੀ ਮੇਨ ਜਿਹੜੀਆਂ ਵੀ ਜਿੰਨੀਆਂ ਵੀ ਨਿਊਜ਼ ਆ ਜਿਹੜੀਆਂ ਹਾਈਲਾਈਟਸ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜੀ ਇੱਕ ਜਿਹੜੇ ਬਰਨੀ ਸੈਂਡਰਸ ਆਈ ਜਿਹੜੇ ਇਲੈਕਸ਼ਨ ਦੇ ਵਿੱਚ ਡੈਮੋਕ੍ਰੈਟਸ ਦੇ ਜਿਹੜੇ ਪ੍ਰਾਇਮਰੀ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਆਪਣੇ ਆਪ ਨੂੰ ਰਸਮੀ ਤੌਰ 'ਤੇ ਐਲਾਨ ਕਰਤਾ ਵੀ ਹੁਣ ਜਿਹੜਾ ਉਹ ਜਿਹੜਾ ਜੋ ਬਾਈਡਨ ਆ ਉਹ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਡੈਮੋਕ੍ਰੈਟ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਖਿਲਾਫ ਜਿਹੜੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਜਿਹੜੇ ਹੋਣਗੇ। ਜੋ ਬਾਈਡਨ ਜਿਹੜੇ ਉਪਰਾਸ਼ਟਰਪਤੀ ਵੀ ਜਿਹੜੇ ਰਹਿ ਚੁੱਕੇ ਆ ਪਿਛਲੇ ਟਾਈਮ ਦੇ ਵਿੱਚ, ਇਹ ਜਿਹੜੇ ਨਵੰਬਰ ਦੇ ਵਿੱਚ ਇਲੈਕਸ਼ਨ ਆਉਣ ਜਾ ਰਹੀ ਆ ਤਾਂ ਡੈਮੋਕ੍ਰੈਟਸ ਦੇ ਜਿਹੜੇ ਉਮੀਦਵਾਰ ਆ ਉਹ ਘੋਸ਼ਿਤ ਹੋ ਗਏ ਨੇ ਇੱਕ ਤਰ੍ਹਾਂ ਦੇ ਜੋ ਬਾਈਡਨ। ਠੀਕ ਹੈ ਜੀ, ਇਹ ਜਿਹੜਾ ਬੰਦਾ ਹੁਣ ਇਲੈਕਸ਼ਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਖਿਲਾਫ ਰਿਪਬਲਿਕਨਸ ਦੇ ਖਿਲਾਫ ਜਿਹੜਾ ਲੜੂਗਾ, ਜਿਹੜਾ 2020 ਦਾ ਇਲੈਕਸ਼ਨ ਹੈ ਇਹ ਵੀ ਜਿਹੜਾ ਕਲੀਅਰ ਜਿਹੜਾ ਹੋ ਚੁੱਕਿਆ। ਠੀਕ ਹੈ, ਉਹ ਤੋਂ ਬਾਅਦ ਜੇਕਰ WHO ਅਤੇ ਟਰੰਪ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹਨਾਂ ਨੇ WHO 'ਤੇ ਜਿਹੜੀ ਬਰੀਫਿੰਗ ਜਿਹੜੀ ਕਰੀ ਸੀ ਇਹਦੇ ਵਿੱਚ ਇੱਕ ਚੀਜ਼ ਇਹਨਾਂ ਨੇ ਹੋਰ ਦੱਸਿਆ ਬਰੀਫਿੰਗ ਦੇ ਵਿੱਚ ਵੀ ਜਿਹੜੀ ਅਮੈਰੀਕਾ ਦੇ ਵਿੱਚ ਇਹਨਾਂ ਨੇ ਪਹਿਲਾਂ ਜਿਹੜੀ ਇਹਨਾਂ ਦੀ ਟਾਸਕ ਫੋਰਸ ਨੇ ਜਿਹੜੀ ਅਨੁਮਾਨ ਲਾਇਆ ਸੀਗਾ ਵੀ 2 ਲੱਖ 1 ਲੱਖ ਤੋਂ 2 ਲੱਖ 40 ਹਜ਼ਾਰ ਤੱਕ ਬੰਦਾ ਜਿਹੜਾ ਆਉਣ ਵਾਲੇ ਟਾਈਮ 'ਚ ਡੈਥ ਹੋ ਸਕਦਾ ਵੀ ਜਿਹੜੇ ਇਹ ਅਨੁਮਾਨ ਆ ਜਿਹੜੇ ਘੱਟ ਜਾਣ, ਇਹਨਾਂ ਨੇ ਅਨੁਮਾਨ ਲਿਆ ਵੀ ਅਨੁਮਾਨ ਆਉਣ ਵਾਲੇ ਟਾਈਮ ਦੇ ਵਿੱਚ ਘੱਟ ਸਕਦੇ ਨੇ ਅਤੇ ਦੇਖ ਵੀ ਰਿਹਾ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਘੱਟ ਸਕਦੀਆਂ ਨੇ ਕਿਉਂਕਿ ਡੈਥ ਰੇਸ਼ੂ ਘੱਟ ਹੈ। ਬਾਕੀ ਜਿਹੜਾ ਕੇਸ ਭਾਵੇਂ ਤਾਂ ਜ਼ਿਆਦਾ ਹੋ ਰਿਹਾ ਕਿਉਂਕਿ ਇਹਨਾਂ ਨੇ ਟੈਸਟ ਬਹੁਤ ਜ਼ਿਆਦਾ ਕਰ ਰਹੇ ਨੇ, ਦੱਸਿਆ ਜਾ ਰਿਹਾ ਵੀ 2 ਮਿਲੀਅਨ ਪਲੱਸ ਜਿਹੜੇ ਟੈਸਟ ਹੁਣ ਤੱਕ ਅਮੈਰੀਕਾ ਦੇ ਵਿੱਚ ਹੋ ਚੁੱਕੇ ਆ। ਦੂਜੇ ਪਾਸੇ ਕਈ ਇੰਡੀਅਨ ਭਰਾ ਜਾਂ ਇੰਡੀਆ ਤੋਂ ਆਪਣੇ ਭਰਾ ਇਹ ਕਮੈਂਟ ਕਰਦੇ ਆ ਵੀ ਇੰਡੀਆ ਵਾਲਿਆਂ ਨੇ ਕੇਸ ਘੱਟ ਨੇ, ਅਮੈਰੀਕਾ ਤੋਂ ਕੰਟਰੋਲ ਨਹੀਂ ਹੁੰਦਾ। ਇੰਡੀਆ ਦੇ ਵਿੱਚ ਵੀਰੇ ਕੇਸ ਬੇਸ਼ੱਕ ਘੱਟ ਨੇ ਤੁਹਾਡੇ ਇੱਥੇ ਜਾਂ ਆਪਣੇ ਇੱਥੇ, ਤਕਰੀਬਨ ਇੱਥੇ ਜਿਹੜੀ ਚੀਜ਼ ਆ ਵੀ ਟੈਸਟ ਘੱਟ ਹੋ ਰਹੇ ਨੇ, ਜਦੋਂ ਜਿੱਦਾਂ ਟੈਸਟ ਵਧਣਗੇ ਉਦੋਂ ਉਦੋਂ ਜਿਹੜੇ ਕੇਸ ਆ ਉਹ ਸਾਹਮਣੇ ਜਿਹੜੇ ਆਉਣਗੇ। ਅਤੇ ਅਮੈਰੀਕਾ ਕੋਲ ਤਾਂ ਬਹੁਤ ਸਾਰੀਆਂ ਜਿੱਦਾਂ ਕੀ ਕਹਿੰਦੇ ਨੇ ਵੀ ਤਕਨੀਕ ਆ, ਬਹੁਤ ਸਾਰੀ ਮੈਡੀਕਲ ਸਹੂਲਤਾਂ ਨੇ, ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਇਹਦੇ ਨਾਲ ਹੈਂਡਲ ਕਰ ਰਿਹਾ। ਅਤੇ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਡਿਫੀਕਲਟ ਜਿਹੜਾ ਹੋ ਸਕਦਾ ਹੈ, ਰੱਬ ਮਿਹਰ ਕਰੇ ਵੀ ਇੱਦਾਂ ਦੀ ਕੋਈ ਜਿਹੜੀ ਚੀਜ਼ ਆ ਮੇ ਬੀ ਇੰਡੀਆ ਦੇ ਵਿੱਚ ਨਾ ਹੀ ਹੋਵੇ ਜਾਂ ਕੇਸ ਨਾ ਹੀ ਵਧਣ, ਤਾਂ ਵਧੀਆ ਚੀਜ਼ ਆ। ਠੀਕ ਹੈ, ਉਹ ਤੋਂ ਬਾਅਦ ਅਗਲੀ ਗੱਲ ਕਰਾਂ ਜੀ ਜਿਹੜੀ ਹੁਣ ਤੱਕ ਜੀ, ਤਾਂ ਜਿਹੜਾ ਇੱਕ ਹੋਰ ਗੱਲਬਾਤ ਹੋ ਰਹੀ ਹੈ ਵੀ ਕਹਿੰਦੇ ਵੀ ਗਰਮੀ ਦੇ ਮੌਸਮ ਨਾਲ ਜਿਹੜਾ ਇਹ ਚੀਜ਼ ਆ ਜਿਹੜੀ ਘੱਟ ਜਾਂਦੀ ਆ, ਕਾਫੀ ਜਿਹੜੀਆਂ ਇੱਦਾਂ ਦੀਆਂ ਨਿਊਜ਼ ਵੀ ਆਈਆਂ ਨੇ। ਸਾਰਿਆਂ ਦੇ ਆਪਣੇ ਆਪਣੇ ਅਨੁਮਾਨ ਆ, ਪਹਿਲੇ ਦੇ ਵੱਲ ਜਿਹੜੀ ਨੈਸ਼ਨਲ ਅਕੈਡਮੀਜ਼ ਆਫ ਸਾਇੰਸ ਇੰਜੀਨੀਅਰਿੰਗ ਅਤੇ ਮੈਡੀਕਲ ਆ, ਇਹਨਾਂ ਨੇ ਵਾਈਟ ਹਾਊਸ ਨੂੰ ਇੱਕ ਰਿਪੋਰਟ ਜਨਤਕ ਰੋਡ ਭੇਜੀ ਹੈ। ਕਹਿੰਦੇ ਵੀ ਗਰਮੀਆਂ ਦੇ ਮੌਸਮ ਨਾਲ ਜਿਹੜੀਆਂ ਤੁਸੀਂ ਕੰਡੀਸ਼ਨ CDC ਕੰਡੀਸ਼ਨਸ ਲਾ ਰਹੀਆਂ ਵੀ ਇੱਕ ਦੂਸਰੇ ਦੂਰੀ ਦੂਰ ਰਹੋ ਜਾਂ ਘਰਾਂ ਦੇ ਵਿੱਚ ਰਹੋ, ਇਹ ਚੀਜ਼ਾਂ ਘਟਾ ਸਕਦੀਆਂ ਨੇ। ਹਾਲਾਂਕਿ ਇਹ ਸਪੀਡ ਘਟ ਸਕਦੀ, ਇਹਨਾਂ ਨੇ ਕਿਹਾ ਵੀ ਹਾਲਟ ਨਹੀਂ ਕਰ ਸਕਦਾ, ਇਹ ਪੱਕਾ ਨਹੀਂ ਰੁਕ ਸਕਦਾ ਹੈਗਾ। ਕਿਉਂਕਿ ਤੁਸੀਂ ਜੇਕਰ ਆਸਟ੍ਰੇਲੀਆ ਅਤੇ ਤੁਸੀਂ ਈਰਾਨ ਦੇ ਕੇਸ ਦੇਖੋ, ਆਸਟ੍ਰੇਲੀਆ ਔਰ ਈਰਾਨ ਦੇ ਵਿੱਚ ਗਰਮੀ ਸੀਗੀ, ਤਾਂ ਇੱਥੇ ਵੀ ਜਿਹੜੇ ਈਰਾਨ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਕੇਸ ਆ ਉਹ ਦੇਖੇ ਗਏ ਨੇ। ਤਾਂ ਇਹ ਚੀਜ਼ ਵੀ ਇਹਨਾਂ ਨੇ ਕਹੀ ਆ ਵੀ ਗਰਮੀ ਦਾ ਆਉਣ ਇਹ ਚੀਜ਼ ਪਰ ਕੋਈ ਜ਼ਿਆਦਾ ਇਫੈਕਟ ਜਿਹੜਾ ਦਿਖਦਾ ਜਿਹੜਾ ਨਜ਼ਰ ਨਹੀਂ ਆ ਰਿਹਾ। ਬਾਕੀ ਸਾਰਿਆਂ ਦੀ ਆਪਣੀ ਆਪਣੀ ਜਿਹੜੀ ਰਾਏ ਆ। ਠੀਕ ਹੈ, ਤਾਂ ਉਹ ਤੋਂ ਬਾਅਦ ਜੇਕਰ ਗੱਲ ਕਰਾਂ ਨਿਊਯਾਰਕ ਦੇ ਵਿੱਚ ਜ਼ਿਆਦਾ ਕਿਸੇ, ਇਹ ਵੀ ਇੱਕ ਰਿਪੋਰਟ ਦੇ ਵਿੱਚ ਆਇਆ ਵੀ ਜ਼ਿਆਦਾਤਰ ਬੰਦੇ ਜਿਹੜੇ ਯੂਰਪ ਤੋਂ ਜਿਹੜੇ ਆਏ ਸੀ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਜਿਹੜੇ ਜ਼ਿਆਦਾ ਜਿਹੜੇ ਕੇਸ ਆ ਉਹ ਦੇਖੇ ਗਏ ਆ। ਆਹ ਵੀ ਜਿਹੜੀ ਇੱਕ ਅਪਡੇਟ ਜਿਹੜੀ ਆ ਰਹੀ ਸੀ। ਅਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸਣੀ ਸੀਗੀ, ਕੋਈ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕੁਝ ਪਿੱਛੇ 3-4 ਮਹੀਨੇ ਪਹਿਲਾਂ ਇੱਕ ਆਪਣਾ ਭਰਾ ਇਹਨਾਂ ਨੇ ਚੱਕਿਆ ਸੀਗਾ। ਉਹ ਜਦੋਂ ਮਤਲਬ ਉਹਦੀ ਬੰਦੇ ਨੇ ਜਦੋਂ ਉਹ ਗਿਆ ਸੀਗਾ, ਉਹਨੇ ਐਡਰੈਸ ਚੇਂਜ ਕਰਾਇਆ ਸੀ, ਜਦੋਂ ਐਡਰੈਸ ਚੇਂਜ ਕਰਾਉਣ ਤੋਂ ਬਾਅਦ ਆਪਣੀ ਡੇਟ 'ਤੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਐਡਰੈਸ ਚੇਂਜ ਨਹੀਂ ਹੋਇਆ, ਵੀ ਤੁਸੀਂ ਆਪਣੇ ਆਫਿਸ 'ਚ ਚਲ ਜਾਓ, ਉੱਥੇ ਜਾ ਕੇ ਦੁਬਾਰਾ ਚੇਂਜ ਕਰਾ ਲਓ। ਤਾਂ ਜਦੋਂ ਦੁਬਾਰਾ ਚੇਂਜ ਕਰਾਇਆ ਤਾਂ ਉਹਨਾਂ ਨੇ ਅਰੈਸਟ ਕਰ ਲਿਆ ਸੀ, ਤਾਂ ਉਹ ਡਿਟੈਂਸ਼ਨ ਸੈਂਟਰ ਦੇ ਵਿੱਚ ਪਾਤਾ ਸੀ ਅਟਲਾਂਟੋ ਦੇ ਵਿੱਚ। ਅਤੇ ਉੱਥੇ ਹੋਰ ਵੀ ਬਹੁਤ ਸਾਰੇ ਮੁੰਡੇ ਨੇ, ਤਾਂ ਜਿਹੜਾ ਕੋਈ ਨਵਾਂ ਵੀਰ ਭਰਾ ਜੀ ਕਿਸੇ ਦੇ ਰਿੰਗ ਲੱਗਿਆ ਹੋਇਆ, ਕੜਾ ਲੱਗਿਆ ਹੋਇਆ, ਤਾਂ ਪਲੀਜ਼ ਆਪਣਾ ਐਡਰੈਸ ਜਿਹੜਾ ਚੇਂਜ ਜਿਹੜਾ ਇੰਨੀ ਜਲਦੀ ਨਾ ਕਰਾਓ। ਹੋ ਸਕਦਾ ਤੁਹਾਨੂੰ ਆਹ ਜਿਹੜੀ ਪ੍ਰੋਬਲਮ ਜਿਹੜੀ ਆ ਸਕਦੀ ਆ, ਉਹ ਬੰਦੇ ਐਡਰੈਸ ਚੇਂਜ ਕਰਾਇਆ ਸੀ ਅਤੇ ਹੋਰ ਵੀ ਉਹਦੇ ਨਾਲ ਕਈ ਮੁੰਡੇ 3-4 ਮਹੀਨੇ ਤੋਂ ਜਿਹੜੇ ਬੌਂਡ ਪਿਆ ਵਾ ਬਾਹਰ ਕੰਮ ਬਾਹਰ ਰਹਿ ਰਹੇ, ਅਤੇ ਉੱਥੋਂ ਦੁਬਾਰਾ ਉਹਨਾਂ ਨੂੰ ਡੇਟ 'ਤੇ ਚੱਕ ਕੇ ਜਿਹੜਾ ਵਾਪਸ ਜਿਹੜਾ ਕੈਂਪ ਦੇ ਵਿੱਚ ਡਿਟੈਂਸ਼ਨ ਸੈਂਟਰ ਵੀ ਭੇਜ ਦਿੱਤਾ ਗਿਆ। ਅਤੇ ਹੁਣ ਉਹਨਾਂ ਵੱਲੋਂ ਰਿਕੁਐਸਟਾਂ ਪਾਈਆਂ ਜਾ ਰਹੀਆਂ ਨੇ, ਤਾਂ ਉਦੋਂ 3-3-4-4 ਮਹੀਨੇ ਹੋ ਗਏ ਜਾਂ ਪਹਿਲਾਂ ਵੀ ਇੱਦਾਂ ਦੇ ਕਈ ਕੇਸ ਜਿਹੜੇ ਦੇਖੇ ਵੱਗ ਗਏ ਆ। ਬਾਕੀ ਤੁਸੀਂ ਕੋਈ ਵੀ ਇੱਦਾਂ ਦਾ ਕੰਮ ਕਰਾਂ ਤਾਂ ਆਪਣੇ ਲਾਇਰ ਦੀ ਐਡਵਾਈਸ ਜ਼ਰੂਰ ਲਓ, ਪਰ ਇਹ ਚੀਜ਼ ਮੈਨੂੰ ਇੱਕ ਪਤਾ ਲੱਗੀ ਸੀ ਔਨ ਗਰਾਊਂਡ, ਅਤੇ ਮੈਂ ਤੁਹਾਨੂੰ ਤਾਂ ਜਿਹੜੀ ਸ਼ੇਅਰ ਜਿਹੜੀ ਕਰ ਰਿਹਾ ਵਾਂ। ਠੀਕ ਹੈ, ਜਿੰਨੀ ਵੀ ਇਹ ਸਾਰੀ ਤੁਸੀਂ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਪਣੀਆਂ ਰਾਏ ਜਿਹੜੀਆਂ ਦੇ ਸਕਦੇ ਹੋ, ਆਪਣੇ ਆਪ ਨੂੰ ਵੀ ਸੇਫ ਜ਼ਰੂਰ ਰੱਖੋ, ਅਤੇ ਹੋ ਸਕਦਾ ਫਿਊਚਰ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆ
ਬਾਕੀ ਟਰਾਈ ਕਰ ਰਹੇ ਨੇ ਇਹ ਮੈਡੀਸਨ ਦੀਆਂ ਕਾਫੀ ਜ਼ਿਆਦਾ ਜਿਹੜੀ ਇਹਨਾਂ ਨੇ ਇੰਡੀਆ ਤੋਂ ਮੈਡੀਸਨ ਮਲੇਰੀਆ ਦੀ ਮੰਗ ਕੀਤੀ ਆ ਉਹ ਕਾਫੀ ਵੱਡੇ ਪੱਧਰ 'ਤੇ ਇਹਨਾਂ ਨੇ ਜਿਹੜੀ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਜਿਹੜਾ ਇਹਨਾਂ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਮੋਦੀ ਉਹਨਾਂ ਦਾ ਕਾਫੀ ਜ਼ਿਆਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਆਹ ਚੀਜ਼ ਹਮੇਸ਼ਾ ਅਸੀਂ ਯਾਦ ਰੱਖੂਗੇ ਕਿ ਤੁਸੀਂ ਸਾਡੇ ਇਸ ਟਾਈਮ ਦੇ ਵਿੱਚ ਸਾਡੇ ਕੰਮ ਆਏ ਹੋ ਠੀਕ ਹੈ ਅਤੇ ਇਹ ਇੱਕ ਸਾਰੀਆਂ ਅਪਡੇਟ ਸੀ ਅਤੇ ਚੰਗਾ ਹੀ ਹੋਪਫੁਲੀ ਤੁਸੀਂ ਸਾਰੇ ਵਧੀਆ ਰਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ